ਸਟੱਡੀ ਡ੍ਰੀਮ ਮੇਕਰ ਕੰਸਲਟੈਂਸੀ ਕੋਟਪੁਰਾ ਦਾ ਯੂਟਿਊਬ ਚੈਨਲ ਦੇਖਦੇ ਸਾਰੇ ਸਰੋਤਰੋ ਮੇਰੇ ਅਤੇ ਮੇਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋ ਟਾਈਮ ਮੈਂ ਇੱਕ ਖਾਸ ਵਿਸ਼ੇ 'ਤੇ ਤੁਹਾਡੇ ਨਾਲ ਗੱਲ ਕਰ ਰਿਹਾ, ਜੋ ਅੱਜ ਦਾ ਟਰੈਂਡ ਚੱਲ ਰਿਹਾ। ਕਾਫੀ ਸਾਰੇ ਸਟੂਡੈਂਟ ਦੇ ਮਨਾਂ ਦੇ ਵਿੱਚ ਡਰ ਬੈਠਾ ਹੋਇਆ ਕਿ ਪਿਛਲੇ ਦਿਨ ਨਿਊਜ਼ ਜਿਹੜੀਆਂ ਹੈਗੀਆਂ ਇੱਦਾਂ ਦੀਆਂ ਆਈਆਂ ਹੋਈਆਂ ਨੇ ਸਟੂਡੈਂਟਸ ਦੇ ਲਈ ਕਿ ਕੈਨੇਡਾ ਦੇ ਹੁਣ ਇਮੀਗ੍ਰੇਸ਼ਨ ਸਟਾਰਟ ਸਟੱਡੀ ਵੀਜ਼ੇ ਨੂੰ ਰਿਫਿਊਜ਼ਲ ਦੇਣ ਲੱਗ ਪਿਆ। ਪਰ ਦੋਸਤੋ, ਮੈਂ ਇਹ ਚੀਜ਼ ਤੋਂ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿਹੜੀਆਂ ਪਿਛਲੇ ਦਿਨ ਕੁਝ ਰਿਫਿਊਜ਼ ਆਈਆਂ ਨੇ ਉਹ ਥੋੜ੍ਹੀਆਂ ਵੀਕ ਪ੍ਰੋਫਾਈਲਸ ਦੀਆਂ ਆਈਆਂ ਨੇ, ਕੋਈ ਜਿਹੜੀਆਂ ਵਧੀਆ ਪ੍ਰੋਫਾਈਲਸ ਨੇ ਉਹਨਾਂ ਦੇ ਕੋਈ ਰਿਫਿਊਲ ਦੇ ਚਾਂਸ ਆਈ ਨਹੀਂ ਆ, ਉਹ ਪ੍ਰੋਫਾਈਲ ਦੇ ਰਿਫਿਊਲ ਨਹੀਂ ਆਏ ਆ। ਜਿਹੜੀਆਂ ਰਿਫਿਊਲਾਂ ਪਿਛਲੇ ਦਿਨ ਆਈਆਂ ਹੋਈਆਂ ਨੇ ਇਹ ਵਿਦਆਊਟ ਬਾਇਓਮੈਟ੍ਰਿਕ ਤੋਂ ਹੀ ਆਈਆਂ ਹੋਈਆਂ ਨੇ, ਅਤੇ ਇੱਥੋਂ ਆਪਾਂ ਇੱਥੇ ਆਪਾਂ ਜੱਜ ਕਰ ਸਕਦੇ ਹਾਂ ਕਿ ਜਿਹੜੀ ਮਾੜੀਆਂ ਪ੍ਰੋਫਾਈਲ ਹੈਗੀਆਂ ਜੀ ਵੀਕ ਪ੍ਰੋਫਾਈਲਸ ਆ, ਤਾਂ ਉਹਨਾਂ ਨੂੰ ਇਹ ਚੀਜ਼ ਚੱਲ ਜਾਂਦੀ ਆ ਵੀਜ਼ਾ ਔਫਿਸਰ ਉਸ ਚੀਜ਼ 'ਤੇ ਵਿਦਆਊਟ ਮੈਡੀਕਲ ਜਾਂ ਵਿਦਆਊਟ ਬਾਇਓਮੈਟ੍ਰਿਕ ਜਿਹੜਾ ਹੈਗਾ ਰਿਫਿਊਲ ਦੇ ਸਕਦਾ ਹੁੰਦਾ। ਅਤੇ ਤੁਹਾਨੂੰ ਇਸ 'ਚ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ, ਜੇ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਆ ਅਤੇ ਤੁਹਾਡੇ ਬੈਂਕ ਸਕੋਰ ਵਧੀਆ, ਤੁਹਾਡੀ ਕੋਈ ਸਟੱਡੀ 'ਚ ਗੈਪ ਨਹੀਂ ਆ, ਪਰਸੈਂਟੇਜ ਵਧੀਆ, ਤਾਂ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਆ। ਤੁਹਾਡੇ ਵੀਜ਼ਾ ਜਿਹੜਾ ਹੈਗਾ 100% ਸ਼ੋਰ ਆ, ਇਮੀਗ੍ਰੇਸ਼ਨ ਦੇਵੇਗਾ, ਪਰ ਤੁਹਾਨੂੰ ਥੋੜ੍ਹੀ ਵੇਟ ਕਰਨੀ ਪੈ ਸਕਦੀ ਆ ਕਿਉਂਕਿ ਇੱਕਦਮ ਰਸ਼ ਜ਼ਿਆਦਾ ਵਧਣ ਕਰਕੇ ਜਿਹੜਾ ਹੈਗਾ ਵੀਜ਼ਾ ਸਰ ਡਿਸੀਜਨ ਲੇਟ ਭੇਜ ਰਹੇ ਨੇ, ਕਿਉਂਕਿ ਫਾਈਲ 'ਚ ਸਾਰਿਆਂ ਦੇ ਪ੍ਰੋਸੈਸ ਸਟਾਰਟ ਹੋ ਚੁੱਕਿਆ, ਕਿਊਬਿਕ ਵਾਲੇ ਸਟੂਡੈਂਟਸ ਦੀ ਵੀ ਪ੍ਰੋਫਾਈਲ 'ਤੇ ਪ੍ਰੋਸੈਸ ਸਟਾਰਟ ਹੋ ਚੁੱਕਿਆ, ਅਤੇ ਬਾਕੀ ਪ੍ਰੋਵਿੰਸ ਦੇ ਸਟੂਡੈਂਟਸ ਦੀ ਵੀ ਪ੍ਰੋਫਾਈਲ 'ਤੇ ਜਿਹੜਾ ਹੈਗਾ ਪ੍ਰੋਸੈਸ ਸਟਾਰਟ ਹੋ ਚੁੱਕਿਆ। ਦੋਸਤੋ, ਜੇ ਤੁਸੀਂ ਇੱਕ ਚੀਜ਼ ਆਪਣੇ ਮਨ 'ਚ ਰੱਖੋ, ਜੇਕਰ ਤੁਹਾਡੀ ਪ੍ਰੋਫਾਈਲ ਵਧੀਆ ਅਤੇ ਤੁਹਾਡੇ ਪਰਸੈਂਟੇਜ ਵਧੀਆ ਹੈਗੀ ਆ, ਤੁਸੀਂ ਰਿਕੁਆਇਰਮੈਂਟ ਸਾਰੀਆਂ ਪੂਰੀਆਂ ਕਰ ਰਹੇ ਹੋ ਇਮੀਗ੍ਰੇਸ਼ਨ ਦੀਆਂ, ਤਾਂ ਇਹੋ ਜਿਹੀ ਕੋਈ ਚੀਜ਼ ਨਹੀਂ ਆ ਜਿਹੜੀ ਤੁਹਾਡਾ ਵੀਜ਼ਾ ਰਿਫਿਊ ਕਰ ਦੇਵੇ ਅਤੇ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਆ। ਹਾਂਜੀ, ਇੱਥੇ ਆਪਾਂ ਇੱਕ ਚੀਜ਼ ਦੇਖਣ ਵਾਲੀ ਆ, ਜੇ ਤੁਹਾਡੀ ਪ੍ਰੋਫਾਈਲ ਵੀਕ ਆ, ਸਟੱਡੀ 'ਚ ਗੈਪ ਆ, ਪਰਸੈਂਟੇਜ ਘੱਟ ਆ, ਬੈਂਡ ਘੱਟ ਆ, ਤੁਹਾਡੇ ਕੋਲ ਗੈਪ ਜਸਟੀਫਿਕੇਸ਼ਨ ਨਹੀਂ ਆ, ਤਾਂ ਤੁਹਾਡੀ ਜਿਹੜੀ ਇਹੋ ਜਿਹੀ ਚੀਜ਼ ਵੀ ਕੋਈ ਨਹੀਂ ਆ ਕਿ ਤੁਹਾਡਾ ਵੀਜ਼ਾ ਦੇ ਸਕੇ। ਉਹਨਾਂ ਸਟੂਡੈਂਟਸ ਨੂੰ ਜਿਹੜਾ ਹੈਗਾ ਟੈਨਸ਼ਨ ਲੈਣ ਦੀ ਜ਼ਰੂਰਤ ਆ ਜਿਹਨਾਂ ਦੀ ਪ੍ਰੋਫਾਈਲ ਵੀਕ ਆ, ਬਟ ਜਿਹਦੀ ਪ੍ਰੋਫਾਈਲ ਵਧੀਆ ਹੈਗੀ ਸਟੂਡੈਂਟਸ ਦੀ, ਬੈਂਡ ਸਕੋਰ ਓਕੇ ਆ, ਕੋਈ ਪਰਸੈਂਟੇਜ ਵਧੀਆ, ਗੈਪ ਨਹੀਂ ਆ ਸਟੱਡੀ ਦੇ ਵਿੱਚ, ਉਹਨਾਂ ਨੂੰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਆ, ਉਹਨਾਂ ਨੇ 100% ਸ਼ੋਰ ਵੀਜ਼ਾ ਉਹਦੇ ਪ੍ਰਾਪਤ ਕਰਨਗੇ, ਕਿਉਂਕਿ ਹੁਣ ਬਾਇਓਮੈਟ੍ਰਿਕ ਡਨ ਹੋਣ ਸਟਾਰਟ ਹੋ ਚੁੱਕੀ ਆ, ਮੈਡੀਕਲਸ ਵੀ ਹੁਣ ਸਟਾਰਟ ਹੋ ਚੁੱਕੇ ਆ। ਜਿਹਨਾਂ ਸਟੂਡੈਂਟਸ ਦੀ ਫਾਈਲ ਇਨਕੰਪਲੀਟ ਨੇ ਉਹ ਆਪਣੇ ਫਾਈਲ ਕੰਪਲੀਟ ਕਰਕੇ ਵੈਸੇ ਸਬਮਿਟ ਕਰ ਸਕਦੇ ਆ। ਜਿਹਨਾਂ ਸਟੂਡੈਂਟਸ ਨੇ ਆਪਣੇ ਐਪਲੀਕੇਸ਼ਨ ਸਬਮਿਟ ਕੀਤੇ ਹੋਣੇ ਵੈਸੇ ਦੇ ਵਿੱਚ ਮੈਡੀਕਲ ਨਹੀਂ ਕਰਵਾਇਆ ਹੋਇਆ, ਉਹ ਸਟੂਡੈਂਟਸ ਮੈਡੀਕਲ ਵੀ ਆਪਣੇ ਬੁੱਕ ਕਰਵਾ ਕੇ ਆਪਣੇ ਮੈਡੀਕਲ ਆਪਣੀ ਫਾਈਲ ਅਪਡੇਟ ਕਰਵਾ ਸਕਦੇ ਆ। ਦੋਸਤੋ, ਤੁਸੀਂ ਇਹ ਚੀਜ਼ 'ਤੇ ਟੈਨਸ਼ਨ ਨਾ ਲਓ, ਪਿਛਲੇ ਕਾਫੀ ਮੈਨੂੰ ਦਿਨਾਂ 'ਚ ਸਟੂਡੈਂਟ ਮੈਸੇਜ ਆਏ ਆ ਕਿ ਉਹ ਸਾਰੀਆਂ ਜਿਹੜੀਆਂ ਐਪਲੀਕੇਸ਼ਨਾਂ 'ਤੇ ਹੈਗੇ ਇਮੀਗ੍ਰੇਸ਼ਨ ਰਿਫਿਊਜ਼ ਸੈਂਡ ਕਰ ਰਿਹਾ। ਦੋ ਤਾਂ ਇਹੋ ਜਿਹੀ ਕਿੱਦਾਂ ਕੋਈ ਵੀ ਗੱਲ ਨਹੀਂ ਆ, ਕਿਉਂਕਿ ਇਮੀਗ੍ਰੇਸ਼ਨ ਜਿਹੜੀ ਚੰਗੀਆਂ ਪ੍ਰੋਫਾਈਲਸ ਆ, ਸਟਰੋਂਗ ਐਪਲੀਕੇਸ਼ਨਸ ਆ, ਉਹਨਾਂ ਦੇ ਰਿਫਿਊਜ਼ ਨਹੀਂ ਸੈਂਡ ਕਰ ਸਕਦਾ। ਜੇ ਤੁਸੀਂ ਆਪਣੀ ਰਿਕੁਆਇਰਮੈਂਟ ਪੂਰੀ ਕਰ ਰਹੇ ਹੋ ਤਾਂ ਤੁਹਾਡੇ ਵੀਜ਼ਾ 'ਤੇ ਰਿਫਿਊਜ਼ ਹੋਣ ਦੇ ਚਾਂਸ ਬਿਲਕੁਲ ਨਹੀਂ ਆ। ਜਿਹਦੀ ਪ੍ਰੋਫਾਈਲ ਵੀਕ ਆ ਸਟੂਡੈਂਟਸ ਨੂੰ, ਉਹਨਾਂ ਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਹੈਗੀ ਆ, ਕੁਛ ਕੁ ਫਾਈਲਾਂ ਜਿਹੜੀਆਂ ਹੈਗੀਆਂ ਹੁਣ ਰਿਫਿਊਜ਼ ਹੋਈਆਂ ਨੇ, ਬਟ ਆਉਣ ਵਾਲੇ ਦਿਨਾਂ 'ਚ ਜਿਹੜੇ ਪੋਜੀਟਿਵ ਰਿਸਪੋਂਸ ਹੋਣੇ ਸਟਾਰਟ ਹੋ ਜਾਣਗੇ, ਤੁਸੀਂ ਆਉਣ ਵਾਲੇ ਦਿਨਾਂ 'ਚ ਆਪਣੇ ਵੀਜ਼ੇ ਹੈਗੇ ਆ ਦੇਖਣੇ ਸਟਾਰਟ ਕਰੋਗੇ। ਦੋਸਤੋ, ਜੇ ਤੁਸੀਂ ਬਥੇਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਧੰਨਵਾਦ ਜੀ।